ਮਹੀਨਾ 12 ਤਰੀਕ ਔਰ ਸੌਰੀ 12ਵਾਂ ਮਹੀਨਾ ਪਹਿਲਾ ਪਹਿਲੀ ਤਰੀਕ 12ਵਾਂ ਮਹੀਨਾ ਸਨ 2023 ਨੂੰ ਜਿਹੜਾ ਡਰਾ ਹੋਣਾ ਹੈ ਨਾ ਇਹਦੇ ਵਾਸਤੇ ਸਿੰਗਲ ਓਪਨ ਇੱਕ ਹੀ ਓਪਨ ਇੱਕ ਹੀ ਕਲੋਜ਼ ਇੱਕ ਹੀ ਸੈਂਟਰ ਬੜਾ ਪਿਆਰਾ ਇਹ ਸੈੱਟ ਦੇ ਮੁਤਾਬਕ ਯਾਰ ਲੱਗਦਾ ਆ ਰਿਹਾ ਹੈ ਤੇ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਚਾਹਨਾ ਇਨਸ਼ਾਅੱਲਾ ਮੇਰੇ ਦੋਸਤਾਂ ਨੂੰ ਪਸੰਦ ਆਸੀ ਕੋਸ਼ਿਸ਼ ਕਰਿਆ ਕਰੋ ਯਾਰ ਵੀਡੀਓ ਪੂਰੀ ਵੇਖਿਆ ਕਰੋ ਜੋ ਦੋਸਤ ਨੇ ਮੇਰੇ ਪੇਜ ਨੂੰ ਫਾਲੋ ਨਹੀਂ ਕੀਤਾ ਰਿਕੁਐਸਟ ਤੇ ਮਿਹਰਬਾਨੀ ਹੋ ਦੋਸਤ ਮੇਰੇ ਭਾਈ ਦੀ ਕਿ ਯਾਰ ਪੇਜ ਨੂੰ ਲਾਜ਼ਮੀ ਲਾਜ਼ਮੀ ਫਾਲੋ ਕਰ ਲਓ ਤਾਂ ਕਿ ਸਾਡੀ ਨਵੀਂ ਵੀਡੀਓ ਆਵੇ ਮੇਰੇ ਦੋਸਤ ਮੇਰੇ ਭਾਈਆਂ ਤੱਕ ਜਲਦ ਤੋਂ ਜਲਦ ਪਹੁੰਚੇ ਬੜੇ ਦੋਸਤ ਨੇ ਯਾਰ 16 ਤੁਸੀਂ ਇਹ ਵੇਖ ਲਓ 30 35000 ਤੱਕ ਵੀਡੀਓ ਜਾਂਦੀ ਏ 5500 फॉलोअर ਹੈ ਤੁਸੀਂ ਹਿਸਾਬ ਲਾ ਲਓ ਜੇਕਰ ਸਾਰੇ ਦੋਸਤ ਹੈਲਪ ਕਰਨ ਤੇ ਯਾਰ ਫਾਲੋਅਰ ਪੂਰੇ ਨਾ ਹੋ ਜਾਵਣ ਯਾਰ ਇਹਦੇ ਕੋ ਮਖਲਸ ਦੋਸਤ ਦੀ ਜ਼ਰੂਰਤ ਹੈ ਨਾ ਮਖਲਸ ਦੋਸਤ ਜਿਹੜੇ ਵੀ ਮਖਲਸ ਹੈਗੇ ਨੇ ਉਹਨਾਂ ਤੇ ਇਨਸ਼ਾ ਅੱਲਾਹ ਦੁਗਨ ਨਾਲ ਸਾਡੇ ਕਹਿਣ ਤੋਂ ਬਗੈਰ ਹੀ ਫਾਲੋਅ ਕਰ ਲਿਆ ਸਾਜ਼ ਯਾਰ ਜੇਕਰ ਕਿਸੇ ਦਾ ਫਾਇਦਾ ਕਰਾਂਗੇ ਤਾਂ ਅੱਲਾਹ ਪਾਕ ਸਾਡਾ ਵੀ ਫਾਇਦਾ ਕਰੇਗਾ ਨਾ ਔਰ ਅਸੀਂ ਪੂਰੀ ਕੋਸ਼ਿਸ਼ ਕਰਕੇ ਪੂਰੀ ਮਿਹਨਤ ਕਰਕੇ ਆਪਣੇ ਭਾਈਆਂ ਦੇ ਸਾਹਮਣੇ ਰੱਖੀ ਦੀਏ ਔਰ ਇਨਸ਼ਾ ਅੱਲਾਹ ਨੇ ਚਾਇਆ ਤੇ ਇਸ ਦਫਾ ਵੀ ਨੰਗਵੀ ਹੋਵੇਗੀ ਔਰ ਅੱਛੀ ਹੋਵੇਗੀ ਦੋ ਤਿੰਨ ਦਰਾ ਪਿਛਾਂ ਅੱਛੀ ਵੀਨਗ ਹੋਈਏ ਇੱਕ ਇੱਕ ਦੋਸਤ ਨੇ ਲਿਖਿਆ 56 ਬਾਬਾ ਫਰੂਕ ਜਿੰਨੇ ਵੀ ਯਾਰ ਦੋਸਤ ਨੇ ਸਭ ਦੋਸਤ ਭਾਈ ਮੇਰੇ ਨੇ ਤੇ ਰਿਕੁਐਸਟ ਹੈ ਸਭ ਦੋਸਤਾਂ ਭਾਈਆਂ ਕੇ ਯਾਰ ਜੋ ਦੋਸਤ ਮਿਹਨਤ ਕਰਕੇ ਤੁਹਾਡੇ ਸਾਹਮਣੇ ਰੱਖ ਦੇਣਾ ਤੁਹਾਨੂੰ ਦੀ ਹੈਲਪ ਕਰੋ ਜਿਹੜੇ ਦੋਸਤ ਨੇ ਪੇਜ ਨੂੰ ਫਾਲੋ ਨਹੀਂ ਨਾ ਕੀਤਾ ਹੋਇਆ ਉਹ لازਮੀ ਕਰੋ ਫਾਲੋ ਮਾਸ਼ਾਅੱਲਾ ਲਿਖਿਆ ਭਾਈ ਨੇ ਲੇਕਿਨ ਪੇਜ ਫਾਲੋ ਨਹੀਂ ਕੀਤਾ ਹੋਇਆ ਨਾ ਕੀਏ ਅਬਦਲ ਅਬਦਲ ਨਾ ਹੈ ਦੋਸਤਾਂ ਲੇਕਿਨ ਪੇਜ ਨੂੰ ਫਾਲੋ ਨਹੀਂ ਕੀਤਾ ਮੇਰੇ ਭਾਈ ਨੇ ਜਿਹੜੀ ਭਾਈ 99 ਬੰਦੇ ਹੋ ਗਏ ਨੇ ਠੀਕ ਹੋ ਗਿਆ ਜੀ ਠੀਕ ਹੋ ਗਿਆ ਬਿਲਕੁਲ ਠੀਕ ਹੋ ਗਿਆ ਆਪਾਂ ਉਹਨਾਂ ਸੈਟ ਸ਼ੇਅਰ ਕਰਨ ਲੱਗਾਂ ਆਪਣੇ ਬੜਾ ਪਿਆਰਾ ਸੈੱਟ ਯਾਰ ਬੜੇ ਅੱਛੇ ਤਰੀਕੇ ਨਾਲ ਪਿਛਾ ਹਰ ਚੀਜ਼ ਨੂੰ ਕਲੀਅਰ ਕਰਦੇ ਖੜਾ ਹੈ ਜਿਹੜਾ ਮੈਂ ਪਰਸੋਂ ਲਾਇਆ ਸੀ ਨਾ ਸੈੱਟ ਉਹ ਵੀ ਬੜਾ ਕਮਾਲ ਸੀ ਯਾਰ ਇਹ ਜਿਹੜਾ ਸੈੱਟ ਹੈ ਬਹੁਤ ਕਮਾਲ ਦਾ ਸੈੱਟ ਸੀ ਲੇਕਿਨ ਲੱਗਦੇ ਰਸੀਬ ਹੁੰਦੇ ਨੇ ਗੈਬ ਗਿਲਮ ਆਪਣੇ ਕੋਲ ਕੋ ਨਹੀਂ ਦਾ ਕਾਫੀ ਦੋਸਤ ਹੈਗੇ ਨੇ ਜਿਹੜੇ ਵੀਡੀਓ ਦੇ ਵਿੱਚ ਮਹਿਸੂਸ ਕਰਵਾਉਂਦੇ ਨੇ ਕਿ ਉਹਨਾਂ ਕੋਲ ਗੈਬ ਦਿਲਮ ਹੈ ਲੇਕਿਨ ਲਾਲਾ ਸਾਡੇ ਕੋਲ ਗੈਬ ਦਿਲਮ ਨਹੀਂ ਹੈਗਾ ਅਸਲ ਅੱਲਾਹ ਦੀ ਜ਼ਤ ਦੇ ਇੱਕ ਸਰਚ ਇੱਕ ਕੋਸ਼ਿਸ਼ ਹੈ ਜਿਹੜੀ ਆਪਣੇ ਦੋਸਤਾਂ ਆਪਣੇ ਭਾਈਆਂ ਦੇ ਸਾਹਮਣੇ ਰੱਖੀ ਦੀਏ ਕੋਈ ਇਹਦੇ ਵਿੱਚ ਦਾਵਾ ਨਹੀਂ ਕਰ ਸਕਦਾ ਕਿ ਮੈਂ ਇੰਝਾ ਤੇ ਮੈਂ ਇ ਤੇ ਕਹਾਂਗਾ ਕਿ ਯਾਰ ਮੈਂ ਹੀ ਆ ਬਸ ਮੈਂ ਕਿਸੇ ਵਿੱਚ ਵੀ ਨਹੀਂ ਹੋਣੀ ਚਾਹੀਦੀ ਯਾਰ ਹਾਂ ਜੋ ਅੱਛੇ ਦੋਸਤ ਨੇ ਮਖਲਸ ਦੋਸਤ ਲੇ ਗਨੇ ਉਹ ਜ਼ਰੂਰ ਆਪਣੇ ਭਾਈਆਂ ਨਾਲ ਜੋ ਪਿਆਰ ਕਰਨ ਵਾਲਿਆਂ ਦੇ ਸਾਹਮਣੇ ਰੱਖਦੇ ਨੇ ਕਿ ਯਾਰ ਇਹ ਚੀਜ਼ ਸਾਡੇ ਬਾਰੇ ਕੀ ਹੈ ਜਵੇਦ ਭਾਈ ਪੇਜ ਫਾਲੋ ਕਰ ਲਓ ਜਵੇਦ ਭਾਈ بڑے ਦੋਸਤ ਨੇ ਯਾਰ ਬੜੇ ਪਿਆਰ ਮੁਹੱਬਤ ਕਰਨ ਵਾਲੇ ਦੋਸਤ ਨੇ ਆ ਯਕੀਨ ਕਰ ਜੋ ਕਮੈਂਟ ਪੜੀ ਦੇ ਨੇ ਬਾਤ ਇਹ ਮੈਂ ਸਾਰੇ ਪੜਨੇ ਕਿਉਂ ਕਿ ਇਧਰ ਛੋਟੇ ਨੇ ਸਹੀ ਤਰੀਕੇ ਨਾਲ ਨਾ ਤੁੰਦੇ ਲੈ ਜਾ ਨਜ਼ਰ ਆਂਦੇ ਨੇ ਸਾਡੇ ਵਾਲੇ ਨੈਟ ਦੀ ਬਹੁਤ ਪ੍ਰੋਬਲਮ ਹੈ ਤੇ ਜਿਹਨੂੰ ਥੋੜਾ ਜਿਹਾ ਗੌਰ ਕਰੀਦੇ ਹੋ ਉਹ ਹੀ ਪੜਿਆ ਜਾਂਦਾ ਹੈ ਬਾਕੀ ਅੱਜ ਦੀ ਰੁਟੀਨ ਮੈਂ ਆਪਣੇ ਦੋਸਤਾਂ ਨਾਲ ਬੜੀ ਪਿਆਰੀ ਬਹੁਤ ਹੀ ਜ਼ਬਰਦਸਤ ਸ਼ੇਅਰ ਕਰਨੀ ਇਨਸ਼ਾਅੱਲਾ ਮੇਰੇ ਦੋਸਤਾਂ ਨੂੰ ਪਸੰਦ ਆਸੀ ਤੇ ਚਲਦੇ ਆਪਾਂ ਯਾਰ ਰੁਟੀਨ ਵੱਲੇ ਜੋ ਦੋਸਤ ਯਾਰ ਨਾ ਪੇਜ ਨੂੰ ਸ਼ੇਅਰ ਕਰਨਾ ਜਾਣਦਾ ਹੈ ਨਾ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਕਰਨਾ ਜਾਣਦਾ ਹੈ ਲਾਜ਼ਮੀ ਸ਼ੇਅਰ ਕਰਿਆ ਜੇ ਯਾਰ ਤੇ ਵੈਸੇ ਇੱਕ ਦਿਲ ਬਣ ਗਿਆ ਦਿਲ ਵਿੱਚ ਆ ਗਿਆ ਯਾਰ ਕਿ ਦੋਸਤ ਨਾਲ ਲਾਈਵ ਆਵਣ ਤੇ ਬੜਾ ਅੱਛਾ ਲੱਗਦਾ ਹੈ ਅਗਰ ਸੈਟ ਯਾਰ ਅੱਛਾ ਲੱਗੇ ਨਾ ਪਸੰਦ ਆਵੇ ਤੇ ਜ਼ਰੂਰ ਯਾਰ ਸਪੋਰਟ ਕਰਿਆ ਕਰੋ ਲਾਈਕ ਲਾਜ਼ਮੀ ਕਰ ਲਓ ਜਿਹੜੇ ਦੋਸਤ ਨੇ ਲਾਈਕ ਨਹੀਂ ਨਾ ਕੀਤਾ ਲਾਈਕ ਕਰ ਲਓ ਯਾਰ ਲਾਈ ਫੱਲੋ ਨਾ ਪੁਣਿਆ ਯਾਰ ਤੇ ਮੇਰੇ ਨਾਲ ਜੁੜ ਜਾਵੋਗੇ ਐ ਤਾਂ ਮੈਂ ਸ਼ੇਅਰਿੰਗ ਸ਼ੇਅਰਿੰਗ ਕਰਕੇ ਤੇ ਮੇਰੇ ਦੋਸਤਾਂ ਤੱਕ ਪਹੁੰਚੀਦਾ ਯਾਰ ਯਾਰ ਅੱਜ ਦਾ ਸੈੱਟ ਜਿਹੜਾ ਨਾ 750 ਪਾਉਂਡ ਦੇ ਵਿੱਚ ਨਾ ਆਖਰੀ ਪੱਟੀ ਤੇ ਆਖਰੀ ਪੱਟੀ ਤੇ 6 ਦਾ ਓਪਨ ਲੱਗ ਜਾਵੇ ਇਹ ਲੱਗਿਆ ਯਾਰ ਪਹਿਲੀ ਦਫਾ 1270 ਲੱਗ ਤਾ ਨਾ ਹੁਣ ਤੱਕ ਆਖਰੀ ਪੱਟੀ ਤੇ 6 ਦਾ ਓਪਨ ਲੱਗਿਆ ਜੇ ਫਿਰ ਆ ਕੇ 6 ਦਾ ਓਪਨ ਲੱਗਿਆ ਭਾਈ ਮੇਰੇ ਐ ਆ ਕੇ ਲੱਗਿਆ ਆਖਰੀ ਪੱਟੀ ਤੇ ਤੇ ਮੌਜੂਦਾ ਅੱਜ ਲੱਗ ਚੁਕਿਆ ਹੈ ਤਵਜੂ ਕਰਨੀ ਯਾਰ ਮੇਰੇ ਦੋਸਤਾਂ ਮੇਰੇ ਭਾਈਆਂ ਨੇ ਇਹ 6 ਤੋਂ ਓਪਨ ਇੱਥੇ ਲੱਗਿਆ ਹੈ ਤਾਂ ਆਪਾਂ ਡਰਾ ਬਲਾ ਕਿੱਥੇ ਕਰਨਾ ਹੈ ਆਖਰੀ ਪੱਟੀ 40000 ਬਾਂਡ ਚ ਆਪਾਂ ਡਰਾ ਕਰਨਾ ਹੈ ਯਾਰ ਆਖਰੀ ਪੱਟੀ 40000 ਬਾਂਡ ਵਿੱਚ ਡਰਾ ਕਰਨਾ ਹੈ ਔਰ ਪਿਸ਼ਾ ਇਹਨੇ ਜੋ ਚੀਜ਼ ਦਿੱਤੀ ਉਹ ਕਲੀਅਰ ਕੀਤੀ ਹੈ ਯਾਰ ਪਿਸ਼ਾ ਸੈਟ ਨੇ ਜੋ ਕੁਝ ਦਿੱਤਾ ਹੈ ਇਹਨੇ ਕਲੀਅਰ ਕੀਤਾ ਹੈ ਇਨਸ਼ਾਅੱਲਾ ਯਾਰ ਮੈਂ ਆਪਣੀ ਪੂਰੀ ਮਿਹਨਤ ਪੂਰੀ ਸਰਚ ਆਪਣੇ ਦੋਸਤ ਆਪਣੇ ਭਾਈਆਂ ਦੇ ਸਾਹਮਣੇ ਤੇ ਜੋ ਮੇਰੀ ਆਖਰੀ ਵੀਡੀਓ ਹੋਵੇਗੀ ਨਾ ਉਹ ਮੇਰੇ ਸਭ ਦੋਸਤਾਂ ਨੇ ਸਭ ਦੋਸਤਾਂ ਨੇ ਉਹ ਮੇਰੀ ਵੀਡੀਓ ਦੇਖਣੀ ਹੈ ਜੋ ਮੇਰੀ ਆਖਰੀ ਵੀਡੀਓ ਹੋਵੇਗੀ ਇਨਸ਼ਾਅੱਲਾ ਮੇਰੇ ਦੋਸਤਾਂ ਨੂੰ ਪਸੰਦ ਆਸੀ ਉਸ ਵੀਡੀਓ ਨੇ ਜਿਹੜੀ ਕਿ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਨੀ ਹੈ ਨਾ ਵੀਡੀਓ ਆਖਰੀ ਵੀਡੀਓ ਉਸ ਵੀਡੀਓ ਨੇ ਪਹਿਲੇ ਸਾਨੂੰ ਬੜਾ ਅੱਛਾ ਨਾਮ ਦਿੱਤਾ ਹੋਇਆ ਹੈ ਤੇ ਮੈਂ ਲਕੋਣੀ ਨਹੀਂ ਕਿ ਯਾਰ ਅੱਜ ਅੱਗੇ ਖੇਲਣ ਵਾਸਤੇ ਮੈਂ ਆਪਣੇ ਦੋਸਤਾਂ ਤੋਂ ਲਕੋ ਲਵਾਗਾ ਨਹੀਂ ਮੈਂ ਆਪਣੇ ਦੋਸਤਾਂ ਦੇ ਸਾਹਮਣੇ ਰੱਖਾਂਗਾ ਯਾਰ ਜਿੰ ਜਿਹੜਾ ਵੀ ਖੇਲੇ ਉਹਦਾ ਫਾਇਦਾ ਹੋਵੇ ਫਿਰ ਵੀ ਮਿਸਟੈਕ ਹੋ ਜਾਵੇ ਨਾ ਲੱਗੇ ਤੇ ਯਾਰ ਆਪਣੇ ਕੋਲ ਗੈਬ ਦਿਲਮਨੀ ਦਾ ਅੱਲਾਹ ਦੀ ਜ਼ਾਤ ਕੋਲ ਗੈਬ ਦਿਲਮਨੀ ਐਸੀ ਕੋਸ਼ਿਸ਼ ਕਰ ਸਕਨੇ ਆ ਮਿਹਨਤ ਆਖਰੀ ਪੱਟੀ ਤੇ ਇਸ ਤੋਂ ਅਗਲੇ ਸਾਲ ਦੀ ਜਿਹੜੀ ਤੀਸਰੀ ਪੱਟੀ ਨੂੰ ਵਿੱਚ ਇੱਕ ਦੋ ਓਪਨ ਲੱਗਣਾ ਇਹਦੀ ਮਜਬੂਰੀ ਸੀ ਤੇ ਇਹਦੀ ਸੇਮ ਡੇਟ ਤੇ ਨੌ ਦਾ ਓਪਨ ਲੱਗਣਾ ਮਜਬੂਰੀ ਸੀ ਯਾਰ ਐ ਮੈਂ ਦੋਵੇਂ ਇਹ ਜਦੋਂ ਤੀਸਰੀ ਪੱਟੀ ਆਈ ਸੀ ਨਾ ਇੱਥੇ ਤੀਸਰੀ ਪੱਟੀ ਆਈ ਸੀ ਤੇ ਮੈਂ ਆਪਣੇ ਦੋਸਤਾਂ ਨਾਲ ਇਕ ਦੋ ਓਪਨ ਸ਼ੇਅਰ ਕੀਤਾ ਸੀ ਵੀ ਸਿੰਗਲ ਇਕ ਦੋ ਓਪਨ ਪਲੇ ਹੋਵੇਗਾ ਤੇ ਆਖਰੀ ਪੱਟੀ 'ਚ ਨੌ ਦਾ ਓਪਨ ਵੀ ਕੀਤਾ ਹੈ ਪੀਛਾ ਜਾ ਕੇ ਵੀਡੀਓ ਦੇਖ ਸਕਦੇ ਹੋ ਕਿਉਂਕਿ ਇਹਨੇ ਸਾਰੇ ਕਨੈਕਸ਼ਨ ਕਲੀਅਰ ਕੀਤੇ ਨੇ ਦੁਬਾਰਾ ਜਦੋਂ 6 ਦਾ ਓਪਨ ਆਇਆ ਲੱਗਿਆ ਤੇ ਤੀਸਰੀ ਪੱਟੀ ਤੇ ਕੱਲਾ ਇਕ ਦੋ ਓਪਨ ਲੱਗਣਾ ਸੀ ਤੇ ਥ ਸੇਮ ਡੇਟ ਤੇ ਨੌ ਦੀ ਮਜਬੂਰੀ ਸੀ ਇਹ ਨੌ ਨੇ ਇੱਥੇ ਲੱਗਣੀ ਲੱਗਣਾ ਸੀ ਇਹ ਸੈੱਟ ਨੂੰ ਬੜੇ ਗੌਰ ਨਾਲ ਬੜੇ ਤਵੱਜਹ ਨਾਲ ਮੇਰੇ ਦੋਸਤਾਂ ਨੇ ਸਮਝਣਾ ਇਨਸ਼ਾਅੱਲਾਹ ਅੱਲਾਹ ਨੇ ਚਾਹਿਆ ਤੇ ਮੇਰੇ ਦੋਸਤਾਂ ਨੂੰ ਸੰਦਾ ਆਸੀ ਯਾਰ ਪੂਰੀ ਮਿਹਨਤ ਪੂਰੀ ਸਰਚ ਮੈਂ ਆਪਣੇ ਦੋਸਤਾਂ ਆਪਣੇ ਭਾਈਆਂ ਦੇ ਸਾਹਮਣੇ ਰੱਖਣੀ ਹੈ ਔਰ ਜੋ ਜੋ ਚੀਜ਼ ਮੇਰੇ ਕੋਲ ਅੱਛੇ ਤਰੀਕੇ ਨਾਲ ਨਿਕਲ ਰਹੀ ਹੈ ਮੈਂ ਉਹੀ ਚੀਜ਼ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਨੀ ਇਹ ਚੰਡੇ ਲਾਤੇ ਨੇ ਦੋਸਤ ਮੇਰੇ ਨੇ ਮੇਰੇ ਭਾਈ ਨੇ ਬਰਲ ਪੇਜ ਫਾਲੋ ਨਹੀਂ ਕੀਤਾ ਹੋਇਆ ਇਹ ਯਾਰ ਨਾ ਜਦੋਂ ਸੈੱਟ ਲੱਗ ਜਾਣਾ ਸੀ ਨਾ ਤਾਂ ਆਖਰੀ ਪੱਟੀ ਇੱਥੇ ਰੈਪਲੇ ਕਰਨਾ ਸੀ ਤوجਹ ਕਰਨੀ ਮੇਰੇ ਦੋਸਤਾਂ ਨੇ ਐ 40 ਵਾਲਾ ਪੜਾਪ ਲੈਣਾ ਸੀ 48 ਦੀ ਪੈਕਟ ਫਿਰ ਜਦੋਂ ਇਹ ਸੈੱਟ ਸਾਰਾ ਕਲੀਅਰ ਹੋਣਾ ਹੈ ਤਾਂ ਆਪਾਂ ਸਾਹਮਣੇ ਜਾਣਾ ਹੈ ਐ 91 5 ਵਾਲਾ ਪੈਕਟ ਆਪਾਂ ਪਲੇ ਕਰਨਾ ਸੀ ਅੱਜ ਫਿਰ ਆ ਕੇ ਸੈੱਟ ਕਲੀਅਰ ਕਰਕੇ ਇੱਥੇ ਪੜਾ ਕਰਨਾ ਹੈ ਔਰ ਪਿਛਾ ਨੇ ਕਿੰਨੇ ਹੱਥ ਕਲੀਅਰ ਕੀਤੇ ਨੇ ਆਪਣੇ ਦੋਸਤਾਂ ਨਾਲ ਮੈਂ ਸ਼ੇਅਰ ਕਰਨ ਲੱਗਾ ਇਨਸ਼ਾਅੱਲਾ ਮੇਰੇ ਦੋਸਤਾਂ ਨੂੰ ਪਸੰਦ ਆਸੀ ਸੈੱਟ ਬੜੇ ਤوجਹ ਨਾਲ ਤੇ ਬੜੇ ਗੌਰ ਨਾਲ ਇਹਨੂੰ ਵੇਖਣਾ ਹੈ ਸਭ ਤੋਂ ਪਹਿਲੇ ਤਾਂ ਯਾਰ ਨਾ ਐ 6 ਲੱਗਿਆ ਤੇ ਇਹਦੇ ਕਰਾਸ ਤੇ ਵੇਚਣਾ ਐ 9 ਲੱਗਣਾ ਸੀ ਛੀਵਾ ਫਿੰਗਰ 9 ਲੱਗਾ ਛੀਵਾ ਫਿੰਗ ਇੱਕ ਸਕੰਡ ਬਾਈ ਹਾਂ ਇਹ 9 ਲੱਗਿਆ ਭਾਈ ਮੇਰੇ ਛੀਵਾ ਫਿੰਗਰ ਇਹ 9 ਵੀ ਜਿਹੜੇ ਮਸਲ ਕੇ ਆਖਰੀ ਪੱਟੀ 1500 ਬੌਂਡ ਦੇ ਵਿੱਚ ਨਾ ਇਹ 9 ਜਮਾ ਲਗਣੀ ਸੀ ਇਹ ਲੱਗੀਏ ਜਦੋਂ ਇਹ ਸੈੱਟ ਨੇ ਕਲੀਅਰ ਹੋਣਾ ਸੀ ਨਾ ਇਹਦੇ ਕਰਾਸ ਦੇ ਵਿੱਚ ਛੀਵਾ ਫਿੰਗਰ 9 ਦਾ ਸੀ ਤੇ 9 ਦੀ ਥੱਲੇ ਜਮਾ ਲਗਣੀ ਇਹ ਇਹਦੀ ਮਜਬੂਰੀ ਸੀ ਦੁਬਾਰਾ ਕਿ ਜਦੋਂ ਸੈੱਟ ਬਣਿਆ ਤੇ ਇਹਦੇ ਕਰਾਸ ਦੇ ਵਿੱਚ 7 ਸੀ ਤੇ ਆਖਰੀ ਪੱਟੀ 1500 ਬੌਂਡ ਦੇ ਵਿੱਚ 7 ਜਮਾ ਲਗਣੀ ਇਹ ਵੀ ਇਹਦੀ ਮਜਬੂਰੀ ਸੀ ਯਾਰ ਫਿਰ ਜਦੋਂ ਸੈੱਟ ਬਣਿਆ ਇਹ ਇੱਕ ਤਾਂ ਫਿਕਰ ਸੀ ਤੇ ਆਖਰੀ ਪੱਟੀ 'ਚ ਇੱਕ ਜਮਾ ਲਾਣੀ ਦੀ ਮਜਬੂਰੀ ਸੀ ਯਾਰ 55 ਦਾ ਆਖੜਾ ਇੱਕ ਜਮਾ ਚ ਲਾ ਕੇ ਖੜਾ ਹੋਇਆ ਇਹਨੇ ਆਪਣੇ ਦੋਸਤਾਂ ਨੂੰ ਇੱਥੇ ਲੈ ਕੇ ਜਾ ਰਿਹਾ 40000 ਪਾਉਂਡ 'ਚ ਕਿ 40000 ਪਾਉਂਡ ਦੇ ਵਿੱਚ ਸਿੰਗਲ ਚੀਜ਼ ਕੀ ਲਾਉਣਾ ਚਾਹੁੰਦਾ ਓਹ ਚੀਜ਼ ਆਪਣੇ ਦੋਸਤਾਂ ਨਾਲ ਸ਼ੇਅਰ ਕਰਨੀ ਗਿਆ ਅਬਦੁੱਲ ਮੱਲਾ ਦੀ ਜ਼ਾਤ ਕੋਲ ਇਨਸਾਨ ਸਿਰਫ ਕੋਸ਼ਿਸ਼ ਕਰ ਸਕਦਾ ਹੈ ਜੋ ਕੋਸ਼ਿਸ਼ ਕਰਕੇ ਮੈਂ ਆਪਣੇ ਦੋਸਤ ਆਪਣੇ ਭਾਈਆਂ ਦੇ ਸਾਹਮਣੇ ਰੱਖ ਰਿਹਾ ਤਵੱਜੂ ਕਰਨੀ ਯਾਰ ਇਹ 6 ਦਾ ਆਖਰੀ ਪੱਟੀ ਤੇ ਓਪਨ ਲੱਗਿਆ ਇਹਦੀ ਸੇਮ ਪੱਟੀ ਤੇ 9 ਲੱਗਣਾ ਸੀ ਤੀਸਰੀ ਪੱਟੀ 'ਚ ਹਿੱਕ ਲੱਗਿਆ ਇਹਨਾਂ ਦੇ ਕ੍ਰਾਸ ਦੇ ਵਿੱਚ ਅਨ ਛੀਵਾ ਫਿੰਗਰ ਨੋ ਸੀ ਥੱਲੇ ਨੋ ਦੀ ਜਮਾ ਆਖਰੀ ਪੱਟੀ 'ਚ 40000 ਪੌਂਡ 'ਚ ਨੋ ਦੀ ਜਮਾ ਲਗਣੀ ਸੀ ਤੇ ਲੱਗੀ ਏ ਫਿਰ ਆਕੇ ਐ ਇਸ ਸੇਮ ਪੱਟੀ ਤੇ ਨੋ ਲੱਗਣਾ ਸੀ ਨੋ ਉੱਤੇ ਇੱਕ ਦਾ ਓਪਨ ਹੋਣਾ ਜ਼ਰੂਰੀ ਸੀ ਇਹਨਾਂ ਦੇ ਸਾਹਮਣੇ ਇਹਨਾਂ ਦੇ ਕ੍ਰਾਸ 'ਚ 7 ਸੀ ਸਾਦੀ ਜਮਾ ਥੱਲੇ ਲਗਣੀ ਮਜਬੂਰੀ ਸੀ ਯਾਰ ਐ ਲੱਗੀ ਏ ਐ 6 ਲੱਗਾ ਸੀ ਆਖਰੀ ਪੱਟੀ ਦੀ ਅਨ ਦੀ ਸੇਮ ਪੱਟੀ ਤੇ ਨੋ ਲੱਗਣਾ ਜ਼ਰੂਰੀ ਸੀ ਯਾਰ ਤੇ ਨੋ ਉੱਤੇ ਇੱਕ ਦਾ ਓਪਨ ਹੋਣਾ ਜ਼ਰੂਰੀ ਸੀ ਇਹਨਾਂ ਦੇ ਕ੍ਰਾਸ 'ਚ ਇੱਕ ਪਿਆ ਸੀ ਕੱਲੀ ਇੱਕ ਦੀ ਜਮਾ ਲਗਣੀ ਸੀ ਅੱਗੇ ਪਾਜ ਨਰਾ ਕਰਨਾ ਹੈ ਯਾਰ ਹਰ ਚੀਜ਼ ਨੂੰ ਕਲੀ ਤਵੱਜੋ ਕਰਾ ਕਰੋ ਯਾਰ ਜਿਹੜੇ ਦੋਸਤ ਨੇ ਪੇਜ ਨੂੰ ਫਾਲੋ ਨਹੀਂ ਕੀਤਾ ਜੋ ਦੋਸਤ ਇਹ ਵੀਡੀਓ ਨੂੰ ਸ਼ੇਅਰ ਕਰਨਾ ਜਾਣਦੇ ਨਾ ਲਾਜ਼ਮੀ ਸ਼ੇਅਰ ਕਰਾ ਦੇ ਯਾਰ ਵੀਡੀਓ ਨੂੰ ਸ਼ੇਅਰ ਕੀਤਾ ਕਰੋ ਗਰੁੱਪਾਂ ਵਿੱਚ ਕਿਉਂਕਿ ਕਾਫੀ ਦੋਸਤ ਸਾਰੇ ਦੋਸਤਾਂ ਕੋਲੇ ਚਲੀ ਜਾਵੇ ਯਾਰ ਵੀਡੀਓ ਸ਼ਾਇਦ ਹੋ ਸਕਦਾ ਹੈ ਇਹ ਹੀ ਵੀਡੀਓ ਲੱਗ ਜਾਵੇ ਯਾਰ ਤੇ ਕਿੰਨਿਆਂ ਦਾ ਭਲਾ ਹੋ ਜਾਵੇਗਾ ਆਪਣੀ ਕੋਸ਼ਿਸ਼ ਤਾਂ ਪੂਰੀ ਹੈ ਨਾ ਕਿ ਯਾਰ ਸਾਡਾ ਕੋਈ ਸੈੱਟ ਲੱਗ ਜਾਵੇ ਕੋਈ ਸਾਡੀ ਰੂਟੀਨ ਚੱਲ ਜਾਵੇ ਤੇ ਮੇਰੇ ਦੋਸਤਾਂ ਮੇਰੇ ਭਾਈਆਂ ਦਾ ਫਾਇਦਾ ਹੋ ਜਾਵੇ ਸਾਰੇ ਦੋਸਤਾਂ ਦਾ ਫਾਇਦਾ ਹੋ ਜਾਵੇ ਕਾਫੀ ਦੋਸਤ ਨੇ ਯਾਰ ਬੜੇ ਅੱਛੇ-ਛੇ ਕਮੈਂਟ ਲਿਖ ਰਹੇ ਨੇ ਲੇਕਿਨ ਮੈਂ ਐ ਭਾਈ ਮੇਰੇ ਨਾਲ ਜਦੋਂ ਇਹ ਸਾਰਾ ਕੁਝ ਐ ਜਮਾ ਲਗਣੀ ਸੀ ਤਾਂ ਆਪਾਂ ਸਾਹਮਣੇ ਜਾਣਾ ਐ 9 ਦੀ ਸਾਹਮਣੇ ਐ ਕਲੋਜ਼ ਲੱਗਿਆ ਖਲਾਸੀ 9 ਦਾ 9 ਦਾ ਘਾ 4 ਸਿੰਗਲ オーਪਨ ਇੱਥੇ ਲੱਗਣਾ ਸੀ ਤਵੱਜੂ ਕਰਨੀ ਯਾਰ ਐਸ 9 ਦਾ ਘਾ 4 ਸਿੰਗਲ ਇੱਥੇ オーਪਨ ਲੱਗਣਾ ਸੀ ਆਖਰੀ ਪੱਟੀ 40 ਹਜ਼ਾਰ ਬੌਂਡ ਵਿੱਚ ਇਹ ਪਹਿਲੀ ਦਫਾ ਆਪਲੇ ਹੁੰਦਾ 9 ਦਾ ਘਰ 4 ਦੁਬਾਰਾ ਕਿ ਜਦੋਂ ਸੈੱਟ ਬਣਿਆ ਯਾਰ ਤੇ ਐ 7 ਦੀ ਜਮਾ ਇੱਥੇ ਲਗਣੀ ਸੀ ਇਹਦੇ ਸਾਹਮਣੇ ਜਾਣਾ ਆਪਾਂ ਐ ਕਲੋਜ਼ ਲੱਗਿਆ ਖਲਾਸੀ 4 ਦਾ 4 ਦਾ ਘਰ 9 ਇੱਥੇ ਇਕੱਲਾ オーਪਨ ਲੱਗਣਾ ਸੀ ਇਹ 9 ਦਾ ਘਰ 4 ਓਪਨ ਲੱਗਿਆ ਹੈ ਇਹ 4 ਦਾ ਘਰ 9 ਓਪਨ ਲੱਗਿਆ ਹੈ ਅੱਜ ਯਾਰ ਇਹ ਜਮਾ ਲੱਗੀ ਇਹਦੇ ਸਾਹਮਣੇ ਆਪਾਂ ਜਾਵਾਂਗੇ ਨਾ 200 ਬਾਂਡ ਦੀ ক্লোਜ਼ ਕੋਲੇ ਤੇ ক্লোਜ਼ ਦੋ ਦੇ ਯਾਰ ਦੋ ਦਾ ਘਰ 7 ਸਿੰਗਲ ਕਹਿੰਦਾ ਇਥੇ ਓਪਨ ਪਲੇ ਕਰੋ ਸੈੱਟ ਨੂੰ ਸਮਝਣਾ ਯਾਰ ਇਹ 6 ਲੱਗਿਆ ਇਹਨੇ ਆਦੀਆਂ ਸਾਰੀਆਂ ਸ਼ਰਤਾਂ ਕਲੀਅਰ ਕੀਤੀਆਂ ਨੇ ਇਹਦੀਆਂ ਹੋਰ ਵੀ ਬੜੀਆਂ ਸ਼ਰਤਾਂ ਨੇ ਇਹਦੀਆਂ ਹੋਰ ਵੀ ਬੜੀਆਂ ਸ਼ਰਤਾਂ ਨੇ ਲੇਕਿਨ ਇਹਨੇ ਕਲੀਅਰ ਕੀਤੀਆਂ ਨੇ ਇਹਦੇ ਸਾਹਮਣੇ ਜਾਵਾਂਗੇ ਨਾ ਤਾਂ 200 ਬਾਂਡ ਦੇ ਵਿੱਚ ਜਿਹੜਾ ক্লোਜ਼ ਲੱਗਿਆ ਹਲਾ 9 ਦਾ ਆਖਰਾ ਸੀ ਉਹਨਾਂ ਦਾ ক্লোਜ਼ ਸੀ 9 ਦਾ 9 ਦਾ ਘਰ 4 ਇਥੇ ਆਖਰੀ ਪੱਟੀ 40 ਤੇਰਾ ਜਿਹੜਾ ਜਦੋਂ ਸੈੱਟ ਬਣਿਆ ਇਹੇ ਐਵੇਂ ਸੈੱਟ ਬਣਿਆ ਸਾਹਮਣੇ 200 ਬਾਂਡ ਦੇ ক্লোਜ਼ 04 ਤੱਕ ਅਕੜਾ ਸੀ ਤੇ 4 ਦਾ ক্লোਜ਼ ਹੀ 4 ਦਾ ਕਰ 9 ਕਲਾ ఓਪਨ ਲੱਗਣਾ ਸੀ ਅੱਜ ਯਾਰ ਇਹ ਹਰ ਸ਼ੈ ਨੂੰ ਕਲੀਅਰ ਕਰ ਤਖੜਾ ਕਹਿੰਦਾ ਕਿ ਆ ਦੋ ਦਾ ਕਰ 7 ਸਿੰਗਲ ਤੇ ఓਪਨ ਪਲੇ ਕਰੋ ਰੂਟੀਨ ਦੇ ਮੁਤਾਬਕ ਸਿੰਗਲ ఓਪਨ 7 ਦਾ ਪਲੇ ਕਰੋ ਦੋ ਦਾ ਕਰ 7 ਇਹ ਜੀ ਆਪਣੇ ਕੋਲ ఓਪਨ ਸਿੰਗਲ ఓਪਨ ਕਹਿੰਦਾ ਹੈ ਕਿ 7 ਦਾ ਪਲੇ ਕਰੋ ਸੈੱਟ ਦੇ ਮੁਤਾਬਕ ਤੇ ਰੂਟੀਨ ਦੇ ਮੁਤਾਬਕ ਸਿੰਗਲ ఓਪਨ 7 ਦਾ ਹੁਣ ਮੇਰੇ ਆਪਣੇ ਦੋਸਤਾਂ ਨੂੰ ਇਹਦੇ ਨਾਲ ক্লোਜ਼ ਬਖਾਨ ਲੱਗਿਆ ক্লোਜ਼ ਕਿਵੇਂ ਲੱਗ ਰਿਹਾ ਹੈ ਔਰ ਸੈਂਟਰ ਕਿਸ ਤਰ੍ਹਾਂ ਲੱਗ ਰਿਹਾ ਹੈ ਬੜੇ ਅੱਛੇ ਤਰੀਕੇ ਨਾਲ ਲੱਗ ਰਿਹਾ ਹੈ ਸਭ ਦੋਸਤਾਂ ਦਾ ਵੈਲਕਮ ਹੋ ਗਿਆ ਯਾਰ ਬੜਾ ਪਿਆਰ ਮੁਹੱਬਤ ਕਰਨ ਵਾਲੇ ਬੜੇ ਅੱਛੇ ਅੱਛੇ ਕਮੈਂਟ ਲਿਖ ਰਹੇ ਨੇ ਸਭ ਦੋਸਤ ਸਭ ਭਾਈ ਨੇ ਮੇਰੇ ਯਾਰ ਟਿੱਕਾ ਵਿੱਚੋਂ ਕਾਫੀ ਦੋਸਤ ਨੇ ਜਿਨ੍ਹਾਂ ਨੇ ਪੇਜ ਨੂੰ ਫੋਲੋ ਨਹੀਂ ਕੀਤਾ ਹੋਇਆ ਯਾਰ ਦੋਸਤ ਯਕੀਨ ਕਰ ਜਾਓ ਅੱਲਾ ਦੀ ਜ਼ਾਤ ਜਾਣਦੀ ਹੈ ਕਿ ਪੇਜ ਵਿੱਚੋਂ ਕੋਈ ਸ਼ੈਅ ਵੀ ਨਹੀਂ ਮਿਲਦੀ ਯਾਰ ਸਿਰਫ ਇਹ ਕਿ ਮੇਰੇ ਫਾਲੋਅਰ ਜ਼ਿਆਦਾ ਹੋਣਗੇ ਮੇਰੀ ਵੀਡੀਓ ਮੇਰੇ ਦੋਸਤਾਂ ਤੱਕ ਜਲਦੀ ਪਹੁੰਚੇਗੀ ਏ ਭਾਈ ਮੇਰੇ ਜਦੋਂ ਇਹ 9 ਦਾ ਘਰ ਇੱਥੇ ਓਪਨ ਲੱਗਣਾ ਸੀ ਇਹਦੇ ਆਪਾਂ ਬੈਕ ਚਲੇ ਜਾਣਾ ਹੈ ਇਹ 6 6 ਦੀ ਸੇਮ ਡੇਟ ਤੇ 9 ਦਾ ਓਪਨ ਲੱਗਣਾ ਸੀ ਤੇ ਇਹ 9 ਦੇ ਨਾਲ ক্লোਜ਼ ਪਿਆ ਸੀ 5 ਤਵੱਜੋ ਕਰਨੀ ਯਾਰ ਮੇਰੇ ਦੋਸਤਾਨੇ ਇਹ 5 5 ਦਾ ਘਰ 0 ਕੱਲਾ ক্লোਜ਼ ਲੱਗਣਾ ਸੀ ਇਹ 9 ਦੇ ਘਰ 4 ਦੇ ਓਪਨ ਨਾਲ ਤੇ ਇਹ 40 ਦਾ ਅਕੜਾ ਪਹਿਲੀ ਵਾਰ ਪਲੇ ਹੋ ਜਾਂਦਾ ਯਾਰ ਇਹ 9 ਕੋਲੇ ਜਿਹੜਾ ক্লোਜ਼ ਸੀ ਨਾ ਇਸ ক্লোਜ਼ ਦਾ ਘਰ ਇਸ ক্লোਜ਼ ਦਾ ਘਰ ਕੱਲਾ ক্লোਜ਼ ਲੱਗਣਾ ਸੀ S9 ਇਹ ক্লোਜ਼ ਦਾ ਘਰ ਕੱਲਾ ওপਨ ਲੱਗਣਾ ਸੀ ਤੇ 40 ਦਾ ਅਕੜਾ ਪਹਿਲੀ ਦਫਾ ਅਪਲੇ ਹੋਇਆ ਯਾਰ ਇਹਨੇ ਹਰ ਸ਼ੈਅ ਵੇਖੋ ਇਹ 6 ਲਾਇਆ ਫਿਰ 1 ਲਾਇਆ ਫਿਰ 9 ਲਾਇਆ ਗਿਆ 9 ਇਹ ਜਮਾ ਕੀਤੀ ਨੇ ਕਲੀਅਰ ਅਗਲਾ ਇਹਨੇ ক্লোਜ਼ ਹੀ ক্লোਜ਼ ਦਾ ਘਰ ਹੀ ওপਨ ਲਾਇਆ ਫਿਰ ਆ ਪਿਛਲੇ ক্লোਜ਼ ਦਾ ਘਰ ਇਹਨੇ ক্লোਜ਼ ਹੀ ਲਾਇਆ ਯਾਰ ਇਹ ਕਿੰਨਾ ਕੁਝ ਪੂਰਾ ਕਰ ਤੇ ਖੜਾ ਹੈ ਅੱਜ ਮੌਜੂਦਾ ਆ ਜਾਓ ਯਾਰ ਇਹ 6 ਦਾ ਘਰ 6 ਦੀ ਸੇਮ ਡੇਟ ਤੇ 9 ਲੱਗਣਾ ਸੀ ਤੇ 9 ਦਾ ক্লোਜ਼ ਹੈਗਾ ਸੀ 6 ਦਾ 6 ਦਾ ਘਰ ਕੀ ਹੁੰਦਾ ਇੱਕ ਕੱਲਾ ਇੱਕ ਦਾ ক্লোਜ਼ ਲੱਗਣਾ ਸੀ ਯਾਰ 6 ਦਾ ਘਰ ਇੱਕ ਕੱਲਾ ক্লোਜ਼ ਲੱਗਣਾ ਸੀ 4 ਦਾ ਘਰ 9 ਕੱਲਾ ওপਨ ਲੱਗਣਾ ਸੀ 91 ਦਾ ਅਕੜਾ ਦੂਸਰੀ ਦਫਾ ਪਲੇ ਹੋ ਜਾਂਦਾ ਹੈ ਅੱਜ ਯਾਰ ਨਾ ਇਹ 6 ਦਾ ਘਰ ਆ 6 ਦੀ ਸੇਮ ਡੈਟ ਨੋਂ ਲੱਗ ਗਿਆ ਤੇ 9 ਦਾ ক্লোਜ਼ ਹੈਗਾ ਜੇ 3 ਕਹਿੰਦਾ 3 ਦਾ ਘਰ 8 ਕੱਲਾ ਇੱਥੇ ক্লোਜ਼ ਪਲੇ ਕਰੋ ਐਸੇ 3 ਦਾ ਘਰ ক্লোਜ਼ ਹੈਗਾ 3 9 ਦਾ ਕਿਹੜਾ ক্লোਜ਼ ਹੈ ਨਾ 3 ਤੇ 3 ਦਾ ਘਰ 8 ਕੱਲਾ ਇੱਥੇ ক্লোਜ਼ ਪਲੇ ਕਰੋ ਤਾਂ ਸਿੰਗਲ ਅਕੜਾ ਸਿੰਗਲ ਅਕੜਾ ਜਾਂ ਤੇ ਸਿੰਗਲ ਸੈਂਟਰ ਵੀ ਐਵੇਂ ਹੀ ਲੱਗਦਾ ਆ ਰਿਹਾ ਯਾਰ ਹਰ ਚੀਜ਼ ਨੂੰ ਕਲੀਅਰ ਕਰਕੇ ਨਾ ਹਰ ਚੀਜ਼ ਨੂੰ ਕਲੀਅਰ ਕਰਕੇ ਖੜਾ ਹੈ ਜਿਹੜਾ ਕਿ ਅੱਜ ਸੈੱਟ ਮੈਂ ਆਪਣੇ ਦੋਸਤਾਂ ਨਾਲ ਜਿਹੜਾ ਇਸ ਤੋਂ ਬਾਅਦ ਸੈੱਟ ਲਾਵਾਂਗਾ ਨਾ ਇਨਸ਼ਾਅੱਲਾ ਮੇਰੇ ਰੱਬ ਨੇ ਚਾਇ ਕਦੀ ਨਹੀਂ ਕਿਸ ਨੇ ਖਾਇਆ ਹੋਵੇਗਾ ਉਹ ਮੈਂ ਦਾ ਸੈਟ ਯਾਰ ਔਰ ਜਿਹਨੇ ਉਹਦੇ ਤੋਂ ਫਾਇਦਾ ਉਠਾਇਆ ਹੋਵੇਗਾ ਉਹ ਤਾਂ ਕਦੀ ਵੀ ਨਹੀਂ ਲਾਵੇਗਾ ਸੈਟ ਇੱਕ ਚੀਜ਼ ਫਾਇਦਾ ਸਾਨੂੰ ਪਹਿਲੇ ਦਿੰਦੀ ਹੈ ਮੇਰੇ ਸਾਰੇ ਦੋਸਤਾਂ ਨੂੰ ਪਤਾ ਹੈ ਉਹ ਮੈਂ ਵੀਡੀਓ ਲਾਈ ਸੀ ਉਹ ਵੀਡੀਓ ਨੇ ਨਾ ਫਾਇਦਾ ਲੋਕਾਂ ਨੂੰ ਦਿੱਤਾ ਸੀ ਜਿੰਨਾ ਕੋਈ ਹਿਸਾਬ ਨਹੀਂ ਮੈਨੂੰ ਖੁਦ ਨੂੰ ਦਿੱਤਾ ਸੀ ਕਿ ਮੈਂ ਉਹ ਵੀਡੀਓ ਯਕੀਨ ਕਰਦੇ ਰੱਖ ਵੀ ਸਕਣਾ ਕੋਈ ਵੀ ਸਕਣਾ ਲੇਕਿਨ ਨਹੀਂ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਾਂਗਾ ਯਾਰ ਮੇਰੇ ਵੀਡੀਓ ਨਾਲ ਕਿਸੇ ਦਾ ਭਲਾ ਹੋ ਜਾਵੇ ਮੈਂ ਤਾਂ ਕਰਾਂਗਾ ਭਲਾ ਸਿਰ ਲਲਿਆ ਕਿ ਹਾਰ ਹੋ ਜਾਂਦੀ ਜਿਹੜੀ ਚੀਜ਼ ਲਾਣੇ ਆ ਸਿੰਗਲ ਆਕੜਾ ਕਹਿੰਦਾ ਹੈ ਕਿ 78 ਦਾ ਪਲੇ ਕਰੋ ਰੂਟੀਨ ਦੇ ਮੁਤਾਬਕ ਇਹਦੇ ਨਾਲ ਸਿੰਗਲ ਸੈਂਟਰ ਵੀ ਲੱਗ ਰਿਹਾ ਹੈ ਜਿਹੜਾ ਕਿ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਨ ਲੱਗਾ ਸਿੰਗਲ ਸੈਂਟਰ ਵੀ ਲੱਗ ਰਿਹਾ ਹੈ ਜੀ ਜੀ ਬਾਬਾ ਫਰੂਕ ਬੜਾ ਸੈਂਟਰ ਲੱਭਿਆ ਯਾਰ ਤੂੰ 78 9 ਦਾ ਪੈਕੇਟ ਬੜੀ ਗੱਲ ਹੈ ਯਾਰ ਪਲੇਅਰ ਬੰਦਾ ਸਮਝ ਜਾਂਦਾ ਯਾਰ ਇਹ ਜਨਾਬ ਕਹਿੰਦਾ ਹੈ ਕਿ 7 ਦੋਪਨ ਲਾਓ 8 ਦਾ ক্লোਜ਼ ਲਾਓ ਤੇ ਸੈਂਟਰ ਯਾਰ ਬੜੀ ਗੱਲ ਹੈ ਅਜੇ ਤੱਕ ਤਾਂ ਮੈਂ ਸੈਂਟਰ ਵਿਖਾਇਆ ਹੀ ਨਹੀਂ ਯਾਰ ਅਜੇ ਤੱਕ ਮੈਂ ਸੈਂਟਰ ਵਿਖਾਇਆ ਹੀ ਨਹੀਂ ਕਿਸੇ ਨੂੰ ਬਾਕੀ ਯਾਰ ਜੋ ਦੋਸਤ ਪੇਜ ਨੂੰ ਐਡਵਾ ਮਸਨ ਕੇ ਵੀਡੀਓ ਨੂੰ ਸ਼ੇਅਰ ਕਰਨਾ ਚਾਹੁੰਦੇ ਨਾ ਲਾਜ਼ਮੀ ਕਰਾਜੇ ਯਾਰ ਭਾਈ ਦੀ ਮਿਹਨਤ ਵੇਖ ਤੇ ਕਰਾਜੇ ਯਾਰ ਐ ਜਨਾਬ ਨਾ ਜਦੋਂ ਇਸ ক্লোਜ਼ ਦਾ ਕਰ ਇਥੇ ক্লোਜ਼ ਲੱਗਣਾ ਸੀ ਇਸ ক্লোਜ਼ ਦਾ ਕਰ ਓਪਨ ਲੱਗਣਾ ਸੀ ਤੇ ਸੈਂਟਰ ਜਿਹੜਾ ਅੱਠਾ ਲੱਗਿਆ ਨਾ ਯਾਰ ਇਹ ਇੱਕ ਦੇ ਉੱਤੇ ਜਿਹੜਾ ਅੱਠ ਪਿਆ ਸੀ ਨਾ ਇਹਨੇ ਸਿੰਗਲ ਸੈਂਟਰ ਲੱਗਣਾ ਸੀ ਤੇ ਪੂਰੀ ਪੈਕਟ ਆ ਕੇ ਇਹ ਲੱਗ ਜਾਂਦੀ ਐ ਇੱਕ ਦੇ ਉੱਤੇ ਜਿਹੜਾ ਅੱਠਾ ਪਿਆ ਸੀ ਨਾ ਇਹ ਅੱਠ ਇਕੱਲਾ ਸੈਂਟਰ ਲੱਗਣਾ ਸੀ ਯਾਰ ਤੇ ਆ 40 ਅੱਠ ਦੀ ਪੈਕਟ ਪਹਿਲੀ ਦਫਾ ਪਲੇ ਹੋ ਜਾਂਦੀ ਹੈ ਫਿਰ ਆ ਕੇ ਚਲੋ ਦੁਬਾਰਾ ਸੈੱਟ ਬਣਾਇਆ ਤੇ ਇੱਕ ਦੇ ਉੱਤੇ ਪੰਜ ਪਿਆ ਸੀ ਯਾਰ 750 ਬਾਂਡ ਦੇ ਵਿੱਚ ਇੱਕ ਦੇ ਉੱਤੇ ਪੰਜ ਪਿਆ ਸੀ ਇਹ ਕੱਲੇ ਪੰਜ ਨੇ ਸੈਂਟਰ ਲੱਗਣਾ ਸੀ ਯਾਰ 91 5 ਦੀ ਪੈਕੇਟ ਲੱਗ ਜਾਂਦੀ ਦੂਸਰੀ ਦਫਾ ਇਹ ਕਲੋਜ਼ ਦਾ ਘਰ ਤਾਂ ਕਲੋਜ਼ ਹੀ ਲੱਗਣਾ ਸੀ ਇਹ ਪੰਜੇ ਨੇ ਦੂਸਰੀ ਪੱਟੀ ਦਾ ਜਿਹੜਾ ਪੰਜਾ ਹੈ ਇਹਨੇ ਸਿਰਫ ਸੈਂਟਰ ਲੱਗਣਾ ਸੀ ਇਹ ਦੂਸਰੀ ਪੱਟੀ ਦਾ ਠਾ ਪਿਆ ਸੀ ਇਹਨੇ ਇੱਥੇ ਸੈਂਟਰ ਹੀ ਲੱਗਣਾ ਸੀ ਯਾਰ ਐਸ ਕਲੋਜ਼ ਦਾ ਘਰ ਕਲੋਜ਼ ਹੀ ਲੱਗਣਾ ਸੀ ਐਸ ਕਲੋਜ਼ ਦਾ ਘਰ ਓਪਨ ਲੱਗਣਾ ਸੀ ਇੱਕੋ ਪੈਕੇਟ ਬਣੀ ਤੇ ਆ ਲੱਗੀ ਫਿਰ ਇਹ ਪੈਕੇਟ ਬਣੀ ਤੇ ਆ ਲੱਗੀ ਅੱਜ ਯਾਰ ਨਾ ਇਹ ਉੱਤੇ ਨੋ ਪਿਆ ਹੈ ਕਹਿੰਦਾ ਸਿੰਗਲ ਸੈਂਟਰ ਇਥੇ ਲਾ ਦਿਓ ਐਸ ਤਿੰਨ ਦਾ ਘਰ 8 ক্লোਜ਼ ਤਿੰਨ ਦਾ ਘਰ 8 ক্লোਜ਼ ਦੋ ਦਾ ਘਰ 7 ਓਪਨ ਐ ਉੱਤੇ 9 ਪਿਆ ਦੂਸਰੀ ਪੱਟੀ 'ਚ ਕਹਿੰਦਾ ਕੱਲਾ ਚੱਕ ਤੇ ਸੈਂਟਰ 'ਚ ਰੱਖ ਦੇ 78 9 ਦਾ ਪੈਕੇਟ ਹੈ ਯਾਰ ਕਿਸੇ ਦੋਸਤ ਇਸ ਸਮੇਂ ਆ ਜਾਵੇ ਨਾ ਤੈਨੂੰ ਲਾਜ਼ਮੀ ਆਪਣੀ ਗੇਮ 'ਚ ਸ਼ਾਮਿਲ ਕਰਾ ਜਾਏ ਆਦਰਵਾਇਜ਼ ਇਗਨੋਰ ਕਰ ਸਕਦੇ ਹੋ ਮੈਂ ਸਰਚ ਦੇ ਮੁਤਾਬਕ ਆਪਣੀ ਮਿਹਨਤ ਦੇ ਮੁਤਾਬਕ ਮੈਂ ਆਪਣੇ ਦੋਸਤਾਂ ਦੇ ਸਾਹਮਣੇ ਰੱਖਦਾ ਯਾਰ ਇਹ ਚੀਜ਼ ਮੇਰੀ ਸਮਝ ਚਾਹੀਏ ਕਿਸੇ ਦੋਸਤੀ ਸਮਝ ਆ ਜਾਵੇ ਤੈਨੂੰ ਆਪਣੀ ਗੇਮ ਚ ਸ਼ਾਮਲ ਕਰਨਾ ਹੈ ਆਦਰਵਾਇਜ਼ ਤੁਸੀਂ ਇਗਨੋਰ ਕਰ ਸਕਦੇ ਹੋ ਛੋੜ ਸਕਦੇ ਹੋ ਮੇਰਾ ਕੰਮ ਹੈ ਰੂਟੀਨ ਦੇ ਮੁਤਾਬਕ ਅੱਛੀ ਸਰਚ ਦੇ ਮੁਤਾਬਕ ਅੱਛੀ ਮਿਹਨਤ ਦੇ ਮੁਤਾਬਕ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਨੀ ਉਹ ਮੈਂ ਕਰ ਦਿੱਤੀ ਹੈ ਸਿੰਗਲ ਕਹਿੰਦਾ 9 ਦਾ ਸੈਂਟਰ ਪਲੇ ਕਰੋ ਸੈਟ ਨੂੰ ਥੋੜਾ ਜਿਹਾ ਨਜ਼ਰ ਮਾਰ ਲਓ ਯਾਰ ਇਹ 6 750 ਬੌਂਡ ਦੀ ਆਖਰੀ ਪੱਟੀ ਐਂ ਦੀ ਸੇਮ ਪੱਟੀ ਤੇ 9 ਦੀ ਮਜਬੂਰੀ ਸੀ ਉੱਤੇ ਇੱਕ ਦਾ ਓਪਨ ਲੱਗਣਾ ਇਹ ਵੀ ਮਜਬੂਰੀ ਸੀ ਉੱਤੇ ਜਿਹੜਾ ਦੂਸਰੀ ਪੱਟੀ ਦਾ ਓਪਨ ਐ ਇਹਨੇ ਸਿੱਧਾ ਸੈਂਟਰ ਲੱਗਣਾ ਸੀ ਇਹ ਕਲੋ ਇਸ ਸੈਟ ਰਿਕਨਾਲ ਯਾਰ ਇਹ ਦੂਸਰੀ ਪੱਟੀ ਦਾ ਸੈਂਟਰ ਲੱਗਿਆ ਪੰਜ ਦਾ ਇਹ ਨੌ ਦਾ ক্লোਜ਼ ਜਿਹੜਾ ਹੈਗਾ ਸੀ 6 6 ਦਾ ਘਰ ক্লোਜ਼ ਹੀ ਲੱਗਿਆ ਇਹ ਚਾਰ ਦਾ ਘਰ ਓਪਨ ਲੱਗਿਆ ਪੂਰੀ ਪੈਕੇਟ ਨੇ ਮਾਰੀ ਯਾਰ ਅੱਜ ਫਿਰ ਯਾਰ ਉਵੇਂ ਕਹਿੰਦਾ ਕਿ ਉੱਥੇ ਨੌ ਪਿਆ ਨੌ ਨੂੰ ਸੈਂਟਰ ਲਾਓ ਇਹ ਤਿੰਨ ਦਾ ਘਰ ਅੱਠ ক্লোਜ਼ ਲਾਓ ਇਹ ਦੋ ਦਾ ਘਰ ਸੱਤ ਓਪਨ ਲਾਓ ਸਿੰਗਲ ਪੈਕੇਟ ਹੈ ਯਾਰ ਕਿਸੇ ਦੋਸਤ ਨਾਲ ਟੈਲੀ ਕਰ ਜਾਵੇ ਤਾਂ ਜ਼ਰੂਰ ਆਪਣੀ ਗੇਮ 'ਚ ਸ਼ਾਮਿਲ ਕਰਾ ਜੇ ਆਦਰਵਾਇਜ਼ ਗਨੋਰ ਕਰ ਸਕਦੇ ਹੋ ਛੋੜ ਸਕਦੇ ਹੋ ਮੇਰੇ ਕੋਲ ਸੈਟ ਦੇ ਮੁਤਾਬਕ ਅੱਛੀ ਸਰਚ ਦੇ ਮੁਤਾਬਕ ਇਹ ਨਿਕਲੀ ਹੈ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕੀਤੀ ਹੈ ਜਿਹੜੇ ਦ